ਜਥੇਦਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਮੰਗਿਆ ਕਿ ਗੱਲ। ਵੇਖੋ ਜੀ, ਉਹਨਾਂ ਦੇ ਹੀ ਲਾਏ ਜਥੇਦਾਰ ਨੇ, ਉਹਨਾਂ ਹੀ ਜਵਾਬ ਮੰਗਣਾ ਹੈ। ਐਵੇਂ ਕੌਮ ਦੇ ਅੱਖੀਂ ਘੱਟਾ ਹੀ ਹੁਣ ਤੱਕ ਅਸੀਂ ਵੇਖਦੇ ਰਹੇ ਹਾਂ, ਕਿਹਨੂੰ ਸੱਦਣਾ, ਕਿਹਨੇ ਆਉਣਾ, ਕੀ ਹੋਣਾ। ਇੱਕ ਡਰਾਮਾ ਹੋਣਾ, ਉਹ ਵੀ ਹੋ ਜੂਗਾ ਲੋਕਾਂ ਨੇ, ਕਿ ਬੜੇ ਡਰਾਮੇ ਵੇਖੇ ਨੇ, ਇਹ ਡਰਾਮਾ ਹੀ ਵੇਖ ਲੈਣਗੇ, ਇਹਦੋਂ ਪਤਾ ਹੋਰ ਕੁਛ ਨਹੀਂ ਹੋਣਾ। ਜਿਹੜਾ ਜਥੇਦਾਰ ਉਹਨਾਂ ਦੇ ਹੈ ਹੀ ਗੁਲਾਮ, ਗੁਲਾਮ ਬੰਦਾ ਤਾਂ ਉਹਨਾਂ ਦੇ ਪੁੱਛੇ ਵਗੈਰ ਸਾਰ ਹੀ ਲੈ ਸਕਦਾ, ਤੇ ਉਹਨੇ ਕੌਮ ਦੇ ਫੈਸਲੇ ਜਾਂ ਸੁਖਬੀਰ ਉਹਨਾਂ ਨੂੰ ਸੱਦ ਕੇ ਕੀ ਪੁੱਛ ਲੈਣਾ ਜੀ ਉਹਨਾਂ ਨੂੰ। ਇਹ ਤਾਂ ਸਿਰਫ ਉਹਨਾਂ ਨਾਲ ਵਿਚਾਰਾਂ ਵਟਾਂਦਰਾਂ ਕਰਕੇ ਵੀ ਤੁਸੀਂ ਵੀ ਕਾਲ ਤਖ਼ਤ ਆ ਜਾਓ, ਬਾਕੀ ਧੜੇ ਵਾਲੇ ਆਏ ਨੇ ਤੇ ਉਹ ਕਿਵੇਂ ਗੋਂਗਲੋਆਂ ਤੋਂ ਮਿੱਟੀ ਮੁੱਟੀ ਝਾੜ ਦੇਣਗੇ, ਤੁਹਾਡੇ ਸਾਹਮਣੇ ਸਭ ਕੁਝ ਆਉਣਾ, ਹੋਰ ਸੁਖਬੀਰ ਨੂੰ ਉਹਨਾਂ ਕੀ ਕਹਿ ਦੇਣਾ। ਲੋਕਾਂ ਨੂੰ ਧਾਰਮਿਕ ਸਜਾਵਾਂ ਲਾਈਆਂ, ਜਿਹਦੇ ਵਿੱਚ ਉਹਨਾਂ ਨੂੰ ਭਾਂਡੇ ਧੋਣ ਦੀ, ਜੋੜਿਆਂ ਦੀ ਸੇਵਾ ਜਾਂ ਕੀਰਤਨ ਸੁਣਨ ਦੀ, ਪਰ ਕੁਛ ਸਮਝਾਵੇ ਵੱਲੋਂ ਇਸੇ ਨਿਖੇਧੀ ਕੀਤੀ ਗਈ ਹੈ ਕਿ ਭਾਂਡੇ ਧੋਣਾ ਜਾਂ ਜੋੜੇ ਦੀ ਸੇਵਾ ਕਰਨਾ ਧਾਰਮਿਕ ਸਜਾ ਨਹੀਂ ਹੈ, ਉਹਨੂੰ ਜਾਣ ਕੇ ਅਦਾਲੇ ਚ ਕਰਨ ਕੀਤਾ ਜਾਂਦਾ। ਵੇਖੋ, ਪੁਰਾਤਨ ਸਮੇਂ ਤੋਂ ਜਦੋਂ ਤੋਂ ਅਸੀਂ ਵੇਖ ਰਹੇ ਹਾਂ, ਭਾਵੇਂ ਹੈ ਤਾਂ ਸੇਵਾ ਹੀ, ਪਰ ਇੱਕ ਸੇਵਾ ਹੁੰਦੀ ਜਿਹੜੀ ਮੈਂ ਆਪਦੀ ਖੁਸ਼ੀ ਨਾਲ ਕਰਨਾ। ਮੈਂ ਨੇਤਰੇਮ ਕਰਦਾ, ਮੈਂ ਗੁਰਦੁਆਰੇ ਜਾ ਕੇ ਭਾਂਡੇ ਮਾਂਜਦਾ, ਮੈਂ ਪਾਠ ਸੁਣਦਾ, ਉਹ ਮੇਰੀ ਖੁਸ਼ੀ ਦਾ ਸੌਦਾ। ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਹੋਈ ਗਲਤੀ ਦੇ ਵਾਸਤੇ ਫੈਸਲਾ ਸੁਣਾਇਆ ਜਾਣਾ ਵੀ ਤੂੰ ਇੰਨਾ ਸਮਾਂ ਕੀਰਤਨ ਸੁਣਨਾ ਭਾਈ, ਇੰਨੇ ਜਪਜੀ ਸਾਹਿਬ ਦੇ ਪਾਠ ਕਰਨੇ ਨੇ, ਤੇ ਜੇ ਕਿਸੇ ਤੋਂ ਗਲਤੀ ਹੋ ਜਾਵੇ ਤਾਂ ਪੰਜ ਪਿਆਰਿਆਂ ਦੇ ਪੇਸ਼ ਵੀ ਹੋਵੇ ਤੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਉਹਨੂੰ ਕਹਿੰਦੇ ਵੀ ਇੰਨਾ ਤੂੰ ਨੇਤਰੇਮ ਕਰੀ, ਇੰਨਾ ਪਾਠ ਕਰੀ, ਇੰਨੇ ਸਿੱਖਾਂ ਦੇ ਜੋੜੇ ਝਾੜੀ ਇੰਨੇ ਦਿਨ। ਧਾਰਮਿਕ ਸਜਾਵਾਂ ਜਿਹੜੀਆਂ ਉਹ ਇਸ ਤਰੀਕੇ ਨੇ ਤਕਰੀਬਨ ਦਿੱਤੀਆਂ ਜਾਂਦੀਆਂ ਨੇ, ਤੇ ਉਹ ਮੇਰੇ ਖਿਆਲ ਵੀ ਇਹਦੇ 'ਚ ਬਹੁਤਾ ਵਵੇੜਾ ਖੜਾ ਕਰਨ ਦੀ ਜ਼ਰੂਰਤ ਨਹੀਂ ਹੈਗੀ।